ਜੋ ਹਲਕਾ ਲੋਕ ਸਭਾ ਕਾਂਗਰਸ ਦੇ ਉਮੀਦਵਾਰ ਪੜ੍ਹੇ ਲਿਖੇ ਤੇ ਸੂਝਵਾਨ ਇੱਕ ਆਮ ਘਰ ਦੇ ਪਰਿਵਾਰ ਦੇ ਮੈਂਬਰ ਜਿਨ੍ਹਾਂ ਦੇ ਲਈ ਅਸੀਂ ਕਾਫੀ ਦਿਨਾਂ ਤੋਂ ਉਮੀਦ ਕਰ ਰਹੇ ਹਾਂ। ਅੱਜ ਅਸੀਂ ਚੰਬਿਆਂ ਤੋਂ ਇੱਕ ਰੋਡ ਸ਼ੋ ਇੱਕ ਰੈਲੀ ਵਿਸ਼ਾਲਖੰਡ ਦੇ ਵਿੱਚ ਪਹਿਲਾਂ ਚੰਬਿਆਂ ਵਿਖੇ ਪੂਰੇ ਬਾਜ਼ਾਰ ਦੇ ਵਿੱਚ ਪੈਦਲ ਯਾਤਰਾ ਕੀਤੀ ਹੈ, ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਹੈ ਤੇ ਹੁਣ ਅਸੀਂ ਅੱਡਾ ਕੋਲ ਵਿਖੇ ਪਹੁੰਚੇ ਹਾਂ ਤੇ ਕੋਲ ਦੇ ਸਾਡੇ ਕਾਂਗਰਸੀ ਵੀਰਾਂ ਨੇ ਸਾਡਾ ਧੰਨਵਾਦ ਕੀਤਾ ਤੇ ਬਹੁਤ ਪਿਆਰ ਦਿੱਤਾ। ਮੈਂ ਇਹਨਾਂ ਦਾ ਬਾਈ ਸਾਹਿਬ ਦਾ ਤੇ ਰਾਮ ਸਰੂਪ ਕਮਲਦਾਸ ਜੀ ਉਹਨਾਂ ਦੇ ਬੇਟੇ ਅਤੇ ਹੋਰ ਜਿੰਨੇ ਵੀ ਸਾਡੇ ਕੋਲ ਦੇ ਕਾਂਗਰਸੀ ਮੈਂਬਰ ਆ ਦਾ ਤੇ ਵੋਟਰ ਸਪੋਟਰ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਅੱਜ ਦੀ ਇਹ ਰੈਲੀ ਅੱਜ ਦਾ ਇੱਕ ਅੰਗ ਸਾਡਾ ਮਾਤਾ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਹੁਸ਼ਿਆਰਪੁਰ ਲੋਕ ਸਭਾ ਦੀ ਸੀਟ ਜਿੱਤੀ ਹੋਈ ਹੈ। ਅਸੀਂ ਇਸ ਕਰਕੇ ਦਾਵਾ ਠੋਕ ਰਹੇ ਹਾਂ ਦਾਵਾ ਕਰ ਰਹੇ ਹਾਂ ਕਿ ਅਸੀਂ ਸੀਟ ਜਿੱਤੀ ਹੈ ਕਿਉਂਕਿ ਜਿੱਤੇ ਦਾ ਜੋ ਵਿਧਾਇਕ ਸੀ ਉਹ ਬਾਕੀ ਨਿਕਲਿਆ, ਉਸਦਾ ਪਿੰਡ ਪਿੰਡ ਵਿਰੋਧ ਹੋ ਰਿਹਾ ਹੈ, ਉਹ ਪਾਰਟੀ ਦੀ ਪਿੰਡ ਦੇ ਵਿੱਚ ਚੁਣਾਵ ਮਾਰ ਕੇ ਗਿਆ ਹੈ, ਪੂਰੀ ਦੁਨੀਆ ਉਹਦਾ ਵਿਰੋਧ ਕਰ ਰਹੀ ਹੈ ਤੇ ਸਾਡੀ ਹਾਕਾ ਚੱਪਿਆ ਦੇ ਪੂਰੇ ਨੌ ਹਲਕਿਆਂ ਦੇ ਵਿੱਚ ਬਹੁਤ ਹੀ ਵਧੀਆ ਹਾਲਾਤ ਹਨ ਤੇ ਰਿਪੋਰਟਾਂ ਵੀ ਸਾਡੀਆਂ ਦੱਸ ਰਹੀਆਂ CID ਦੀਆਂ ਕਿ ਅਸੀਂ ਜਿੱਤ ਰਹੇ ਹਾਂ। ਮੈਂ ਸਾਰਿਆਂ ਨੂੰ ਇੱਥੇ ਬੇਨਤੀ ਵੀ ਕਰਦਾ ਕਿ ਰੇਸਲੇ ਨਹੀਂ ਹੋਣਾ, 1 ਤਰੀਕ ਨੂੰ ਨਹਾ ਧੋ ਕੇ 3 ਨੰਬਰ 5 ਬਟਨ ਦਬਾ ਕੇ ਮੈਡਮ ਜਗਮੀ ਮੋਹਨ ਜੀ ਨੂੰ ਕਾਮਯਾਬ ਕਰਕੇ ਪਾਰਲੀਮੈਂਟ ਭੇਜਣਾ, ਪਾਰਲੀਮੈਂਟ ਵਿੱਚ ਭੇਜਣਾ ਹੈ ਕਿਉਂਕਿ ਪਾਰਲੀਮੈਂਟ ਦੇ ਵਿੱਚ ਸਾਡੇ ਭਵਿੱਖ ਲਿਖੇ ਜਾਂਦੇ ਆ, ਭਵਿੱਖਾਂ ਦਾ ਫੈਸਲਾ ਹੁੰਦਾ ਹੈ, ਸਾਡੇ ਬੱਚਿਆਂ ਦੇ ਭਵਿੱਖਾਂ ਦਾ ਫੈਸਲਾ ਹੁੰਦਾ ਹੈ ਤੇ ਸਾਡੇ ਸੂਝਵਾਨ ਇਮਾਨਦਾਰ ਕੈਂਡੀਡੇਟ ਜੋ ਪੜ੍ਹੇ ਲਿਖੇ ਹਨ ਸਾਡੇ ਬੱਚਿਆਂ ਦੇ ਭਵਿੱਖ ਦਾ ਫੈਸਲਾ ਪਾਰਲੀਮੈਂਟ ਵਿੱਚ ਕਰਨਗੇ। ਸਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਹੁਣ ਲਾ ਕੇ 1 ਤਰੀਕ ਨੂੰ 3 ਨੰਬਰ 5 ਵੋਟ ਦਵਾ ਕੇ ਮੈਡਮ ਨੂੰ ਕਾਮਯਾਬ ਬਣਾਓ। ਤੁਹਾਡਾ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਂਗਰਸ ਪਾਰਟੀ ਜਿੰਦਾਬਾਦ, ਕਾਂਗਰਸ ਪਾਰਟੀ ਜਿੰਦਾਬਾਦ, ਕਾਂਗਰਸ ਪਾਰਟੀ ਜਿੰਦਾਬਾਦ। ਹੱਥ ਹੱਥ ਪੇ ਨਾ ਜਾਤ ਪੇ, ਵੋਟ ਪਾਏਗੀ ਇਤਿਹਾਸ ਪੇ। ਧਰਮ ਪੇ ਨਾ ਜਾਤ ਪੇ, ਵੋਟ ਪਾਏਗੀ ਇਤਿਹਾਸ ਪੇ। ਧਰਮ ਪੇ ਨਾ ਜਾਤ ਪੇ, ਵੋਟ ਪਾਏਗੀ ਇਤਿਹਾਸ ਪੇ। ਹੱਥ ਪੁੱਤਰੇਗਾ ਹਾਂ, ਹੱਥ ਪੁੱਤਰੇਗਾ ਹਾਂ, ਹੱਥ ਪੁੱਤਰੇਗਾ ਕਾਂਗਰਸ ਜਿੰਦਾਬਾਦ, ਕਾਂਗਰਸ ਪਾਰਟੀ ਜਿੰਦਾਬਾਦ। ਅੱਜ ਅਸੀਂ ਕਾਂਗਰਸ ਪਾਰਟੀ ਦਾ ਐਡਾ ਬੜਾ ਵਿਸ਼ਾਲ ਕੱਦ ਲੈ ਕੇ ਚੱਲੇ ਹਾਂ। ਦੇਖੋ ਕਿੰਨੀ ਗਰਮੀ ਦੇ ਵਿੱਚ ਕਿੰਨਾ ਸਾਡਾ ਇੱਕ ਵਿਸ਼ਾਲ ਇਕੱਠ ਚੱਲਿਆ ਸਾਰਾ ਸੱਚ ਮੋਟਰਸਾਈਕਲ ਲਾਉਂਦੇ ਨਾ ਹਨ। ਅਸੀਂ ਐਡਾ ਬੜਾ ਵਿਸ਼ਾਲ ਕੱਦ ਕਰਕੇ ਇੰਨੀ ਗਰਮੀ 45-47 ਡਿਗਰੀ ਦੇ
ਕਾਂਗਰਸ ਨੇ ਆਪਣਾ ਜੀ ਰੋਡ ਸ਼ੋਅ ਕੱਢਿਆ। ਕਾਂਗਰਸ ਆਈ ਦੇ ਕੈਂਡੀਡੇਟ ਜੈਮਨੀ ਗੁੰਮਰ ਆਪਣਾ ਕੱਢ ਰਹੀ ਹੈ ਜੀ, ਲਾਈਵ ਕੁਸ਼ੀਆਂ ਦੇ ਰਹੇ ਹੈ।